ਮਨੁੱਖ ਤਾਂ ਇਹ ਗੱਲ ਸਮਝਾਉਂਦੇ ਕਿ ਵਿਚਾਰ ਹੀ ਸ਼ਬਦ ਹੀ ਗੁਰੂ ਹੈ, ਗਿਆਨ ਹੀ ਗੁਰੂ ਹੈ। ਇਹ ਗੱਲ ਸਮਝਾਉਂਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ 10 ਜਾਮੇ ਧਾਰਨ ਕਰਨੇ ਪਏ ਕਿ ਸ਼ਬਦ ਨਾਲ ਜੁੜੋਗੇ, ਗਿਆਨ ਨਾਲ ਜੁੜੋਗੇ, ਵਿਚਾਰ ਨਾਲ ਜੁੜੋਗੇ, ਵਿਚਾਰ ਨਾਲ ਬਣੋਗੇ, ਗਿਆਨ ਨਾਲ ਜੁੜੋਗੇ, ਗਿਆਨ ਨਾਲ ਬਣੋਗੇ। ਤੇ ਜੇਕਰ ਤੁਸੀਂ ਸ਼ਬਦ ਨਾਲ, ਗਿਆਨ ਨਾਲ, ਸਿੱਖਿਆ ਨਾਲ ਜੁੜੋਗੇ ਨਹੀਂ, ਫਿਰ ਕਿਸੇ ਨਾ ਕਿਸੇ ਚੀਜ਼ ਨਾਲ ਤੁਸੀਂ ਜੁੜੋਗੇ ਹੀ ਨਹੀਂ। ਉਹ ਕੀ ਹੋਵੇਗੀ? ਉਹ ਅਕਾਲ ਹੋਵੇਗਾ, ਪੱਥਰ ਹੋਵੇਗਾ, ਰੁੱਖ ਹੋਵੇਗਾ, ਬਿਰਖ ਹੋਵੇਗਾ, ਬੰਦਾ ਹੋਵੇਗਾ, ਉਹ ਤੁਹਾਨੂੰ ਕੀ ਕਰੇਗਾ? ਸਹਿਬ ਕਹਿੰਦੇ ਨੇ ਵਿਚਾਰ ਦੇ ਦਿੰਦੇ ਆ। ਵਿਚਾਰ ਦੇ ਲਈ ਕੀ ਆ? ਇੱਕਾ ਬਾਣੀ, ਇੱਕੋ ਗੁਰ, ਇੱਕੋ ਸ਼ਬਦ ਵਿਚਾਰ। ਸੋ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਇੱਕਾ ਬਾਣੀ, ਜਿੰਨੀ ਵੀ ਬਾਣੀ ਉਹ ਸਾਨੂੰ ਸਿੱਖਿਆ ਦੇਣੀ, ਉਪਦੇਸ਼ ਦੇਣੀ, ਗਿਆਨ ਤੇ ਜਿੰਨਾ ਵੀ ਉਪਦੇਸ਼ ਹੈ, ਜਿੰਨਾ ਵੀ ਗਿਆਨ ਹੈ, ਉਹਨੂੰ ਵੰਡਣ ਲਈ ਅੱਖਰਾਂ ਦੀ ਜ਼ਰੂਰਤ ਪਈ। ਇਹ ਗੱਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਪੁਜੀ ਸਾਹਿਬ ਤੇ ਸਮਝਾ ਦਿੱਤੀ। ਅੱਖਰੀ ਗਿਆਨ ਗੀਤ ਗੁਣ ਗਾ, ਪਰਮਾਤਮਾ ਦੇ ਕੋਲ ਗੁਰ ਗਾਉਣੇ ਨੇ, ਗੀਤ ਗਾਉਣੇ, ਗਿਆਨ ਦੀਆਂ ਗੱਲਾਂ ਕਰਨੀਆਂ ਨੇ, ਕੋਈ ਵੀ ਵਿਚਾਰ ਆਪਣੇ ਆਦਾਨ ਪ੍ਰਦਾਨ ਕਰਦੇ ਨੇ, ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ, ਉਹਨਾਂ ਵਾਸਤੇ ਤਾਂ ਅੱਖਰ ਤਾਂ ਚਾਹੀਦੇ ਹੈ। ਅੱਖਰਾਂ ਤੋਂ ਬਿਨਾਂ ਤਾਂ ਕੋਈ ਨਹੀਂ। ਤੇ ਸਭ ਤੋਂ ਪਹਿਲਾਂ ਜੋ ਜਿਹੜਾ ਸ਼ਬਦ ਹੈ ਉਹ ਭਗਤ ਜੈਦੇਵ ਦਾ ਗੁਰੂ ਸਾਹਿਬ ਮਹਾਰਾਜ ਸ਼ਬਦ ਹੈ। ਸਭ ਤੋਂ ਪਹਿਲਾਂ 1100 ਵਿੱਚ ਭਗਤ ਜੈਦੇਵ ਜੀ ਸ਼ਬਦ ਉਚਾਰ, ਉਸ ਤੋਂ ਬਾਅਦ ਭਗਤ ਫਰੀਦ ਜੀ, ਉਹਨਾਂ ਨੇ ਸ਼ਬਦ ਰਾਹੀਂ ਸਿੱਖਿਆ ਦਿੱਤੀ, ਸ਼ਬਦ ਰਾਹੀਂ ਗਿਆਨ ਦਿੱਤਾ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਕਦਮ ਅੱਗੇ ਪੁੱਟਦੇ, ਇੱਕ ਕਦਮ ਅੱਗੇ ਪੁੱਟਦੇ ਸਤਿਗੁਰ ਕਿਹਾ ਕਿ ਸ਼ਬਦ ਚ ਕਦੇ ਸਿੱਖਿਆ ਨਹੀਂ ਦਵਾਂ, ਸਗੋਂ ਸ਼ਬਦ ਨੂੰ ਗੁਰੂ ਬਣਾ ਕੇ ਪੇਸ਼ ਕਰਾਂ। ਗੁਰੂ ਨਾਨਕ ਪਾਤਸ਼ਾਹ ਆਦਿ ਤੋਂ ਪਹਿਲਾਂ ਸ਼ਬਦ ਪਹਿਲਾਂ ਵੀ ਗ੍ਰਹਿ ਕਰਾਇਆ ਜਾਂਦਾ ਸੀ, ਪਰ ਸ਼ਬਦ ਨੂੰ ਗੁਰੂ ਕਿਸੇ ਨੇ ਨਹੀਂ ਸਿੱਖਿਆ। ਗੁਰੂ ਨਾਨਕ ਪਾਤਸ਼ਾਹ ਆਦਿ ਤੋਂ ਪਹਿਲਾਂ ਕਿਸੇ ਨੇ ਸ਼ਬਦ ਨੂੰ ਗੁਰੂ ਕਿਹਾ? ਕੋਈ ਧਰਮ ਗ੍ਰੰਥ ਪੜ੍ਹ ਕੇ ਦੇ, ਹਾਲਾਂਕਿ ਉਹਨਾਂ ਵਿੱਚ ਸ਼ਬਦਾਂ ਰਾਹੀਂ ਗੱਲ ਕੀਤੀ ਗਈ, ਬਾਣੀ ਦੇ ਰਾਹੀਂ ਗੱਲ ਕੀਤੀ ਗਈ, ਪਰ ਸ਼ਬਦ ਸ਼ਬਦ ਸੀ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਕਦਮ ਅੱਗੇ ਪੁੱਟਦਿਆਂ ਕਿਹਾ ਕਿ ਮੈਂ ਸ਼ਬਦ ਨੂੰ ਗੁਰੂ ਬਣਾ ਕੇ ਪੇਸ਼ ਕਰਾਂਗਾ, ਸ਼ਬਦ ਨੂੰ ਗੁਰੂ ਮੰਨਾਂਗਾ ਤੇ ਸ਼ਬਦ ਨੂੰ ਗੁਰੂ ਮੰਨ ਕੇ ਗੁਰਮਤਾਂ ਨਾਲ ਵਿਚਾਰ ਕਰਾਂਗਾ। ਇੱਕਾ ਬਾਣੀ, ਇੱਕ ਗੁਰ, ਇੱਕ ਸ਼ਬਦ ਹੀ ਮੇਰਾ ਗੁਰੂ, ਗੁਰ ਕੋ ਏਕੋ ਵੇਸ, ਇੱਕਾ ਬਾਣੀ ਇੱਕ ਗੁਰ ਕੋ ਸ਼ਬਦ ਵਿਚਾਰ। ਸ਼ਬਦ ਹੀ ਵਿਚਾਰ ਹੀ ਮੇਰਾ ਗੁਰੂ, ਵਿਚਾਰ ਹੀ ਮੇਰੇ ਜੀਵਨ ਨੂੰ ਬਦਲਣ ਦੇਣ ਵਾਲੇ, ਵਿਚਾਰ ਹੀ ਮੇਰੇ ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲੇ, ਵਿਚਾਰਾਂ ਕਾਰਨ ਹੀ ਮੇਰੇ ਜੀਵਨ ਵਿੱਚ ਮਾਣ ਸਨਮਾਨ ਪੈਦਾ ਹੋਣਾ ਤੇ ਵਿਚਾਰ ਹੀ ਮਨੁੱਖ ਨੂੰ ਸਤਿਕਾਰ ਦੇਣਗੇ।
ਵਿਚਾਰਾਂ ਦੀ ਲੋੜ ਨੂੰ ਸਮਝ ਲਓ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸੱਜਣ ਥਾਂ ਕੋ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਉੱਥੇ ਜਾ ਕੇ ਬਾਣੀ ਉਚਾਰਦੇ ਆ। ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਸੱਜਣ ਥਾਂ ਦੇ ਪਹਿਲੋਂ ਵੇਖ ਰਿਹਾ ਸੀ, ਪਰ ਵੇਖ ਕੇ ਉਹ ਇਹੋ ਪ੍ਰਭਾਵਿਤ ਹੋਇਆ ਕਿ ਉਹਦੇ ਚੰਗੇ ਮਾਲਦਾਰ ਹੋ ਗਏ, ਚੰਗੇ ਪੈਸੇ ਦੇ ਵਾਲੇ ਹੋ ਗਏ। ਪਰ ਜਿਹੜਾ ਬਦਲਾਅ ਜੀਵਨ 'ਚ ਆਇਆ, ਜਿਹੜਾ ਪਰਿਵਰਤਨ ਜੀਵਨ 'ਚ ਆਇਆ, ਜਿੱਥੋਂ ਮਨ ਪ੍ਰਭਾਵਿਤ ਹੋਇਆ ਉਹ ਤਾਂ ਸ਼ਬਦ ਨਾਲ ਹੀ ਹੋਇਆ ਸੀ। ਵੇਖਿਆ ਤਾਂ ਬਾਬਰ ਨੇ ਵੀ ਗੁਰੂ ਨਾਨਕ ਪਾਤਸ਼ਾਹ ਨਾਲ ਜਦੋਂ ਵਾਰਤਾਲਾਪ ਹੋਈ, ਵਿਚਾਰ ਚਰਚਾ ਹੋਈ, ਤੇ ਫਿਰ ਬਾਬਰ ਪ੍ਰਭਾਵਿਤ ਹੋਇਆ। ਭਾਈ ਕਹਿਣ ਜੀ ਨੇ ਫਿਰ ਉਹ ਸ਼ਬਦ ਹੀ ਸੁਣੇ ਸੀ ਨਾ ਭਾਈ ਗੁਰੂ ਜੀ ਪਾਸੋਂ, ਸਾ ਭਾਲ ਗੁਰੀ ਕੋ ਭਾਲੀਏ, ਗੁਰੂ ਦੇ ਦਰਸ਼ਨ ਤੋਂ ਬਾਅਦ ਜੀ ਨਹੀਂ ਗਿਆ ਤੇ ਇਹਨੇ ਜੀ ਗੁਰੂ ਦਾ ਸਿੱਖ ਬਣ। ਬਾਬਾ ਅਮਰਦਾਸ ਜੀ ਨੇ ਫਿਰ ਸੁਣਿਆ ਤੇ ਸ਼ਬਦ ਹੀ ਸੀ ਨਾ ਆਪਣੇ ਭਰਾ ਦੀ ਨੌ ਪਾਸੋਂ, ਕਰਨੀ ਕਾਮ ਮਨ ਸਮਾਈ, ਇਹ ਸ਼ਬਦ ਪ੍ਰਭਾਵਿਤ ਹੋ। ਸ਼ਬਦ ਦੇ ਵਿਚਾਰ ਨੇ ਬਾਬਾ ਅਮਰਦਾਸ ਜੀ ਦੇ, ਭਾਈ ਲਹਿਣ ਜੀ ਦੇ, ਸੱਜਣ ਥਾਪ ਜੀ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਕਿਉਂ? ਕਿਉਂਕਿ ਸ਼ਬਦ ਗੁਰੂ ਹੈ। ਭੂਲੇ ਮਾਰਗ ਜੀ ਨੇ ਬਤਾਇਆ ਐਸਾ ਗੁਰ ਬੁੜਭਾਗੀ ਪਾਇਆ। ਕਿਹੜਾ ਗੁਰੂ ਜਿਹੜਾ ਭੁੱਲਿਆ ਨੂੰ ਸਹੀ ਰਸਤੇ ਪਾਉਂਦਾ ਹੈ? ਸ਼ਬਦ ਸ਼ਬਦਾਂ ਰਾਹੀਂ ਗੁਰੂ ਨੂੰ ਸਮਝਾਵਾਂਗੇ ਤੂੰ ਗਲਤ ਪਾਸੇ ਜਾ ਰਿਹਾ ਹੈ। ਗੁਰੂ ਨੇ ਸ਼ਬਦ ਰਾਹੀਂ ਸਮਝਾਇਆ ਕਿ ਤੂੰ ਗਲਤ ਕੰਮ ਕਰ ਰਿਹਾ। ਤੇ ਜਦੋਂ ਬਾਬਾ ਅਮਰਦਾਸ ਜੀ ਨੂੰ ਕੁਛ ਕੀਤੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਉਹ ਤੁਹਾਨੂੰ ਦੁਨੀਆ ਦੇ ਲੋਕ ਕਥਾਵਾਂ ਕਹਿੰਦੇ ਸਨ, ਕਿਆ ਗੁਰੂ ਕਥਾਵਾਂ, ਪਰ ਤੁਸੀਂ ਇੰਨੇ ਵੱਡੇ ਮੁਕਾਮ ਤੇ ਕਿਵੇਂ ਪਹੁੰਚੇ? ਤੇ ਸਹਿਜ ਮੇਰੇ ਕੋਲ ਆਓ, ਮੈਂ ਤੁਹਾਨੂੰ ਸਮਝਾਉਂਦਾ ਮੈਂ ਇੰਨੇ ਉੱਚੇ ਮੁਕਾਮ ਤੇ ਕਿਵੇਂ ਪਹੁੰਚ ਗਿਆ, ਇੰਨਾ ਮਾਣ ਸਨਮਾਨ ਮੈਨੂੰ ਕਿਵੇਂ ਮਿਲ ਗਿਆ। ਆਓ ਸਿੰਘ ਸਤਿਗੁਰ ਕੇ ਪਿਆਰਿਓ, ਗਾਓ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀ ਅਸਰ ਬਾਣੀ। ਇਹ ਬਾਣੀ ਦੀ ਬਦੌਲਤ ਸਦਕਾ ਮੇਰਾ ਮਾਣ ਸਨਮਾਨ ਹੈ। ਕਿਸੇ ਤੀਰ ਤੇ ਇਸ਼ਨਾਨ ਕੀਤਿਆਂ ਨਹੀਂ, ਕੋਈ ਜਪ ਤਪ ਕੀਤਿਆਂ ਨਹੀਂ, ਜੇ ਮੈਨੂੰ ਜੀਵਨ ਵਿੱਚ ਸੁੱਖ ਮਿਲਿਆ ਹੈ, ਆਨੰਦ ਮਿਲਿਆ ਹੈ, ਆਨੰਦ ਪਿਆ ਮੇਰੀ ਮਾਂ ਹੈ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਦਾ ਪਾਇਆ ਸਹਿ ਸਿੱਧੀ ਮਨ ਵਧੀਆ ਹੋਣਾ ਰਾਵ ਪਰਿਵਾਰ ਪਰੀਆਂ ਸ਼ਬਦ ਨਾਮ ਲਿਆ। ਸ਼ਬਦ ਨੂੰ ਗੁਰੂ ਪਦਵੀ ਦੇਣ ਤੋਂ ਭਾਵ ਇਹ ਸੀ ਕਿ ਸ਼ਬਦ ਰਾਹੀਂ ਵਿਚਾਰ ਪ੍ਰਾਪਤ ਹੋਣਾ ਹੈ, ਸ਼ਬਦ ਰਾਹੀਂ ਗਿਆਨ ਮਿਲਣਾ ਹੈ। ਇਸ ਗਿਆਨ ਨੇ ਮਨੁੱਖ ਦੇ ਜੀਵਨ ਨੂੰ ਬਦਲਣਾ, ਇਸ ਗਿਆਨ ਦੇ ਜੀਵਨ ਦੇ ਮਨੁੱਖ ਦੇ ਜੀਵਨ 'ਚ ਬਦਲਾਅ ਅਤੇ ਕ੍ਰਾਂਤੀ ਲਿਆਉਂਦੀ ਹੈ। ਸੋ ਵਿਸ਼ਾ ਤਾਂ ਕਾਫੀ ਲੰਬਾ ਸੀ, ਅਸੀਂ ਸਮੇਂ ਨੂੰ ਇੱਥੇ ਸੰਕੋਚਦੇ ਹਾਂ। ਇਸ ਗੁਰੂ ਅਮਰਦਾਸ ਮਹਾਰਾਜ ਦੇ ਸਲੋਕ ਦੀ ਪਹਿਲੀ ਪੰਕਤੀ ਦੀ ਵਿਚਾਰ ਕੀਤੀ ਹੈ ਤੇ ਆਓ ਅਸੀਂ ਇਹ ਕੌਮੈਸ ਦੇ ਵੱਲ ਵਧਣ ਦਾ ਯਤਨ ਕਰੀਏ। ਫਿਰ ਸਮਾਂ ਮਿਲਿਆ, ਅਸੀਂ ਇਹਦੇ ਵਿਸ਼ੇ ਨੂੰ ਫਿਰ ਕਦੇ ਕਵਰ ਕਰਾਂਗੇ। ਅੱਜ ਦੀ ਗੱਲ ਤੁਹਾਨੂੰ ਇਹ ਕੌਮੈਸ ਦੇ ਉਹ ਇਹ ਹੈ ਕਿ ਜਿਤਨਾ ਵੀ ਦਿਸਦਾ ਪਰ ਦਿਸਦਾ ਸੰਸਾਰ ਹੈ ਉਹ ਸਾਰੇ ਦਾ ਸਾਰਾ ਵਿਚਾਰ ਤੋਂ ਪੈਦਾ, ਉਹਦੇ ਪ੍ਰਤੀ ਪਰਮਾਤਮਾ ਤੋਂ ਖਿਆਲ ਆਇਆ ਹੋਵੇਗਾ, ਵਿਚਾਰ ਆਇਆ ਕਿ ਇਸ ਤਰ੍ਹਾਂ ਦਾ ਆਕਾਰ ਦਾ ਜਨਮ ਵਿਚਾਰ ਤੋਂ ਹੋਇਆ ਤੇ ਵਿਚਾਰ ਹੀ ਮਨੁੱਖ ਦੇ ਜੀਵਨ 'ਚ ਪ੍ਰਧਾਨ ਹੈ। ਇਸ ਕਰਕੇ ਵਿਚਾਰ ਨੂੰ ਜੋ ਸ਼ਬਦ ਦਾ ਰੂਪ ਤਿਆਰ ਕਰ ਗਿਆ ਸੀ ਗੁਰੂ ਨੇ, ਉਸ ਨੂੰ ਗੁਰੂ ਕਰ ਲਈ।
ਅਤੇ ਵਿਚਾਰ ਰਾਹੀਂ ਹੀ ਜੀਵਨ ਵਿੱਚ ਬਦਲਾਅ ਹੁੰਦਾ ਪਰਿਵਰਤਨ ਹੁੰਦਾ। ਅਸੀਂ ਵਿਚਾਰਾਂ ਕਰਕੇ ਕਿਸੇ ਤੋਂ ਪ੍ਰਭਾਵਿਤ ਹੁੰਦੇ, ਕਿਸੇ ਸਰੀਰ ਦਾ ਕਿਹੜਾ ਪ੍ਰਭਾਵਿਤ ਹੁੰਦੇ, ਕਿਸੇ ਚੰਗੇ ਮੰਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਗਏ ਜਾਂ ਚੰਗੇ ਪਾਸੇ ਲੱਗ ਜਾਂਦੇ ਜਾਂ ਮੰਦੇ ਪਾਸੇ ਲੱਗ ਜਾਂਦੇ। ਵਿਚਾਰ ਹੀ ਸਾਡੇ ਜੀਵਨ ਨੂੰ ਤਬਦੀਲ ਕਰਦੇ। ਗੁਰੂ ਸਰੀਰ ਨਹੀਂ ਹੈ, ਗੁਰੂ ਗਿਆਨ ਹੈ। ਤੇ ਗੁਰੂ ਇਹ ਗੱਲ ਦੇ ਕਰਾ ਰਿਹਾ ਕਿ ਬਾਣੀ ਇੱਕ ਹੈ, ਗੁਰੂ ਇੱਕ ਆ, ਸ਼ਬਦ ਇੱਕ ਆ, ਬਸ ਇੱਕ ਨਾਲ ਜੁੜ ਜਾ, ਇੱਕ ਨਾਲ ਇੱਕ ਦੇ ਹੋ ਜਾ। ਇੱਕ ਆ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਸ਼ਬਦ ਦੇ ਰਾਹੀਂ ਵਿਚਾਰ ਪ੍ਰਾਪਤ ਹੋਣੇ, ਸ਼ਬਦ ਰਾਹੀਂ ਗਿਆਨ ਹੋਣਾ, ਸ਼ਬਦ ਰਾਹੀਂ ਸਿੱਖਿਆ ਦੇ ਉਪਦੇਸ਼ ਮਿਲਣਾ, ਤੇ ਸ਼ਬਦ ਨੂੰ ਮੈਂ ਗੁਰੂ ਦਾ ਪਦ ਦੇ ਰਿਹਾ। ਜਿਸ ਤਰ੍ਹਾਂ ਇਸ ਨੂੰ ਗੁਰੂ ਸਮਝ ਕੇ ਜੀਵਨ ਬਤੀਤ ਕਰੇਗਾ, ਤੇਰਾ ਮਨੁੱਖਾ ਜੀਵਨ ਸਫਲ ਹੋ ਜਾਏਗਾ। ਸੋ ਆਓ ਫਿਰ ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਦੇ ਇਹ ਬਚਨ ਜੋ ਅੱਜ ਦੀ ਕਥਾ ਦਾ ਕੰਕਲੂਜ਼ਨ ਹੈ, ਇੱਕਾ ਬਾਣੀ, ਇੱਕ ਗੁਰੂ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹੱਕ ਸੱਚ, ਰਤਨੀ ਭਰੇ ਇਤਨੇ ਬਚਨ ਪਰਵਾਨ ਕਰਨੇ ਹੋਈਆਂ ਭੋਜਨ ਖਿਮਾ ਖਿਮਾ ਕਰਨੇ ਪਰਵਾਨ ਖਲਸਾ।